ਪੁਤਲੀ ਘਰ ਵਿੱਚ ਹੋਏ ਬੰਬ ਧਮਾਕਿਆਂ ਦੌਰਾਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਲਾਸ਼ਾਂ ਨੂੰ ਪੁਤਲੀਘਰ ਚੌਂਕ ਵਿੱਚ ਰੱਖ ਕੇ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਜ਼ਖਮੀਆਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ। ਇਸ ਘਟਨਾ ਵਿੱਚ ਲਾਪਰਵਾਹੀ ਵਰਤਣ ਵਾਲੇ ਸਬੰਧਤ ਥਾਣੇ ਦੇ ਮੁਨਸ਼ੀ SHO ਅਤੇ DSP ਦੇ ਖਿਲਾਫ਼ 302 ਦਾ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਧ ਤੋਂ ਵੱਧ ਇਹਨਾਂ ਪੀੜਤਾਂ ਦੀ ਮਦਦ ਕੀਤੀ ਜਾਵੇਗੀ। ਇਹ ਜਿਹੜਾ ਵਾਕਿਆ ਹੋਇਆ ਪੁਤਲੀ ਘਰ ਲਵਕੁਸ਼ ਨਗਰ 3 ਨੰਬਰ ਫਾਟਕ 'ਤੇ ਹੋਇਆ ਵਾ। ਸਾਡੇ ਪੁਲਿਸ ਪ੍ਰਸ਼ਾਸਨ ਦਾ ਇੱਕ ਮੁਲਾਜ਼ਮ ਸੀ ਗੁਰਨਾਮ ਸਿੰਘ, ਜਿਹਨਾਂ ਦੀ ਡਿਊਟੀ ਲਗਾਈ ਗਈ ਸੀ ਇੱਕ ਥਾਣਾ ਕੰਟੋਨਮੈਂਟ ਦੇ ਵਿੱਚ ਵੀ ਮਾਲਖਾਨਾ ਜਿਹੜਾ ਸਫਾਈ ਕਰਦੀ ਜਾਵੇ। ਮਾਲਖਾਨੇ ਦਾ ਜਿਹੜਾ ਸਫਾਈ ਕਰਕੇ ਉਹਨੇ ਜਿਹੜਾ ਆਪਣੇ ਘਰ ਲੈ ਕੇ ਸਾਰਾ ਸਮਾਨ ਲੈ ਕੇ ਆ ਗਿਆ ਔਰ ਉਹਦੀ ਛਾਂਟੀ ਕਰਕੇ ਉਹਨੂੰ ਮਤਲਬ ਹੌਲੀ ਹੌਲੀ ਵੇਚਣਾ ਸ਼ੁਰੂ ਕੀਤਾ। ਇਹ ਲਗਾਤਾਰ 3-4 ਦਿਨ ਤੋਂ ਚੱਲਦਿਆ ਪਿਆ ਸੀ। ਗੁਰਨਾਮ ਸਿੰਘ ਦੇ ਨਾਲ ਲੱਗ ਰਹੇ ਮਹੱਲੇ ਦੇ 4-5 ਬੰਦੇ ਵੀ ਸੀ, ਜੀ ਵੀ ਸੀ। ਉਹ ਗੁਰਨਾਮ ਸਿੰਘ ਰੋਜ਼ ਲੈ ਕੇ ਜਾਂਦਾ ਸੀ ਅਤੇ ਰੋਜ਼ ਲੈ ਕੇ ਆਉਂਦਾ ਸੀ। 4-5 ਦਿਨ ਤੋਂ ਚੱਲ ਰਿਹਾ ਸੀ ਔਰ ਜਿਹਦੇ ਵਿੱਚ ਕੱਲ੍ਹ ਇੱਕ ਘਟਨਾ ਵਾਪਰ ਗਈ ਵੀ ਉਹ ਜਿੰਦਾ ਬੰਬ ਹੈਂਡ ਗ੍ਰੇਨੇਡ ਚੱਲ ਪਿਆ ਉਹਦੇ ਵਿੱਚ। ਉੱਥੇ ਇਹਦੇ ਵਿੱਚ ਜਿਹੜੇ 2 ਬੰਦੇ ਦੀ ਜਿਹੜੇ ਸਾਥੀਆਂ ਦੀ ਮੌਤ ਹੋ ਚੁੱਕੀ, ਰਤਨ ਲਾਲ ਰਜਿੰਦਰ ਕੁਮਾਰ, ਹੁਣ ਸੁਣਨ ਦੇ ਵਿੱਚ ਆਇਆ ਵਾ ਵੀ ਧਰਮਪਾਲ ਦੀ ਵੀ ਮੌਤ ਹੋ ਚੁੱਕੀ ਹੈ ਔਰ ਜਿਹੜੇ 8-10 ਜੀ ਆ ਜਿਹੜੇ ਘਾਇਲ ਆ ਉੱਥੇ ਹੋਸਪਿਟਲ ਦਾਖਲ ਆ ਜੀ। ਆਹ ਗੱਲ ਡਾਕਟਰ ਰਾਜਕੁਮਾਰ ਨੇ 10 ਸਾਲ ਹੋ ਗਏ, 7 ਸਾਲ ਹੋ ਗਿਆ ਇਸ ਇਲਾਕੇ ਦਾ ਵਿਧਾਇਕ ਰਿਹਾ, ਖੁਦ ਲਵਕੁਸ਼ ਨਗਰ ਉਹਦੇ ਹਲਕੇ ਵਿੱਚ ਆਉਂਦਾ ਵਾ। ਅੱਜ ਤੱਕ ਡਾਕਟਰ ਰਾਜਕੁਮਾਰ ਨੇ ਉੱਥੇ ਗ੍ਰਾਂਟ ਨਹੀਂ ਦਿੱਤੀ, ਠੀਕ ਆ ਜੀ, ਅਤੇ ਡਾਕਟਰ ਰਾਜਕੁਮਾਰ ਨੇ ਕਿ 10 ਲੱਖ ਦੇ ਦੇਣਾ ਵਾ। ਇਹ ਪਹਿਲੇ ਸਾਥੀ ਇਹਨਾਂ ਦਾ ਕੋਈ ਮਸਲਾ ਹੱਲ ਕਰੇ। ਜਿੰਨੀ ਦੇਰ ਤੱਕ ਮਤਲਬ ਕੋਈ ਲਿਖਤੀ ਕਾਰਵਾਈ ਨਾ ਕਰਨਗੇ ਜਾਂ ਕੋਈ ਪੁਲਿਸ ਅੱਛਾ ਉੱਚ ਅਧਿਕਾਰੀ ਅਧਿਕਾਰੀ ਸਾਨੂੰ ਲਿਖ ਨਾ ਦੇਵੇਗਾ, ਆਪਾਂ ਓਨੀ ਦੇਰ ਇਹ ਪ੍ਰਦਰਸ਼ਨ ਨਹੀਂ ਚੁੱਕਣਾ। ਸਾਨੂੰ ਸਾਡੇ ਮਾਮੇ ਨੇ ਮਾਰਤਾ ਪੁਲਿਸ ਵਾਲਿਆਂ ਨੇ, ਹੁਣ ਇਹਨਾਂ ਨੂੰ ਨੌਕਰੀ ਦੇਣ ਨਾਲ 10 ਲੱਖ ਰੁਪਈਆ ਦੇਣ। ਇੱਕ ਨੁਮਾਇੰਦਾ ਆਇਆ, ਬੰਦਾ ਆਇਆ, ਕਹਿੰਦਾ ਜੀ 10 ਲੱਖ ਸੰਤੁਸ਼ਟ ਕੋਈ ਨਹੀਂ ਦਿੰਦਾ, ਸਾਰੇ ਕਹਿੰਦੇ ਕੋਈ ਨਹੀਂ ਦਿੰਦਾ, ਲੈ ਕੇ ਦੇਣ ਉਹਨਾਂ ਨੂੰ, ਲੈ ਕੇ ਦਿਓ ਉਹਨਾਂ ਨੂੰ, ਕਹੋ ਉਹਨੂੰ ਪੂਰੀ ਗੱਲ ਤਾਂ ਲੈ ਦਿਓ ਆਵੇ। ਆਹ ਮੇਰੀ ਮਾਮੀ ਆ, ਉਹਨਾਂ ਦੀਆਂ ਕੁੜੀਆਂ 2 ਛੋਟੀਆਂ, ਆਹ 2 ਮੁੰਡੇ ਉਹਨਾਂ ਦੇ। ਕੋਈ ਨਹੀਂ ਜੀ, ਵੇਖੋ ਗੱਲ ਆ, ਅਸੀਂ ਮੈਂ ਕਹਿਤਾ ਜੀ ਜੋ ਵੱਧ ਤੋਂ ਵੱਧ ਹੋ ਸਕੇਗਾ ਉਹ ਕਰਾਂ। ਵੇਖੋ ਗੱਲ ਆ, ਮੈਂ ਤਾਂ ਕਹਿ ਦਿਆਂ ਤੁਹਾਨੂੰ ਵੀ ਜੋ ਸਰਕਾਰ ਵੱਧ ਤੋਂ ਵੱਧ ਕਰ ਸਕੀ ਇਹਨਾਂ ਦਾ ਕਰਾਂਗੇ ਆਪਣੇ ਪਰਿਵਾਰ।